ਰਾਖ ਸਰਨ ਪ੍ਰਭ ਆਪਣੀ Thank you.
ਨਹੀਂ
Sagar, Vigra.
ਸਰਨ ਪ੍ਰਭ ਆਪਣੀ ਸੁਫੇਰੇ ਅੱਗ ਬਲ ਰਹੀ ਜੀਵਨ ਸੰਸਾਰ ਇੱਕ ਐਸਾ ਅੱਗ ਦਾ ਘਰ ਹੈ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਦੇ ਤਾਤਿਸ਼ ਦੁਨੀਆ, ਫਾਰਸੀ ਦਾ ਲਫ਼ਜ਼ ਹੈ ਆਤਿਸ਼। ਦੀਵਾਲੀ ਦੇ ਦਿਨਾਂ ਅੰਦਰ ਇਹ ਬਦਲਿਆ ਹੋਇਆ ਲਫ਼ਜ਼ ਹੈ, ਜਿਹਦੇ ਅਸੀਂ ਕਹਿ ਦਿੰਦੇ ਆਸਤਬਾਜ਼ੀ ਨਹੀਂ, ਆਤਿਸ਼ਬਾਜ਼ੀ ਲਫ਼ਜ਼ ਸੀ। ਅੱਗ ਦੀ ਖੇਡ ਜਿਹੜੇ ਬੱਚੇ ਪਟਾਕੇ ਤੇ ਹੋਰ ਚੀਜ਼ਾਂ ਚਲਾਉਂਦੇ ਨੇ, ਇਹਦਾ ਅਸਲ ਨਾਮ ਹੈ ਆਤਿਸ਼ਬਾਜ਼ੀ। ਬਾਜ਼ੀ ਕਹਿੰਦੇ ਨੇ ਖੇਡ ਨੂੰ, ਆਤਿਸ਼ ਕਹਿੰਦੇ ਨੇ ਅੱਗ ਨੂੰ, ਅੱਗ ਦੀ ਖੇਡ। ਤੇ ਗੁਰੂ ਕਹਿੰਦਾ ਸੰਸਾਰ ਕੀ, ਤੂੰ ਇੱਕ ਦਿਨ ਚਲਾਉਣਾ ਇਹਨਾਂ ਤੇ ਖੁਸ਼ ਹੋਣਾ। ਕਿੰਨੀ ਅਜੀਬ ਗੱਲ ਹੈ, ਤੂੰ ਕਦੀ ਝਾਤ ਮਾਰੇ, ਤੂੰ ਤੇ ਦਿਨ ਰਾਤ ਅੱਗ ਦੀ ਖੇਡ ਹੀ ਖੇਡਣੀ, ਅੱਗ ਦੀ ਖੇਡ। ਗੁਰੂ ਨੇ ਆਪਣੀ ਰਸਨਾ ਤੋਂ ਇੱਕ ਥਾਵੇਂ ਨਹੀਂ ਕਈ ਥਾਵੇਂ ਆਖਿਆ, ਕਹਿਣ ਲੱਗੇ ਜੈਸੀ ਅੱਗ ਨੇ ਬਲ ਰਹੀ, ਬਲ ਕੇ ਅੰਦਰ ਬਲ ਰਹੀ,
ਦਿਸਦੀ ਨਹੀਂ। ਦੁਨੀਆ ਗੁਰਜੀ ਭਾਈ, ਗੁਰਜੀ ਭਾਈ ਕੀ ਛੁਪੀ ਹੋਈ ਆ? ਦੁਨੀਆ ਗੁਰਜੀ ਭਾਈ, ਆਤਿਸ਼ ਦੁਨੀਆ ਲੈਣੇ ਆ। ਇਹ ਕਦੇ ਨਹੀਂ ਸੋਚਦੇ ਵੀ ਸੁਰੱਖਿਅਤ ਲੋੜ ਤੋਂ ਕਿਸੇ ਚੀਜ਼ ਨੂੰ ਵੀ ਅਣਗਹਿਲੀ ਨਾਲ ਵਰਤਿਆ ਜਾਏ ਉਹ ਸੁਰੱਖਿਅਤ ਨਹੀਂ ਰਹਿੰਦੀ। ਅਸੀਂ ਅੱਗ ਦਾ ਇੱਕ ਪਹਿਲੂ ਲੈ ਲਿਆ ਵੀ ਸਾਡੀ ਰੋਟੀ ਬਣਾਉਂਦੀ, ਸਾਡੀ ਰੋਟੀ ਬਣਾਉਂਦੀ, ਖਾਣਾ ਬਣਾਉਂਦੀ, ਇੱਕ ਪਹਿਲੂ। ਪਰ ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਕਹੀ, ਕਹਿਣ ਲੱਗੇ ਰੋਟੀ ਉਹ ਓਨੀ ਦੇਰ ਨਹੀਂ ਬਣਾਉਂਦੀ ਜਿੰਨੀ ਦੇਰ ਚੁੱਲ੍ਹੇ ਵਿੱਚ ਬਣਦੀ ਹੈ। ਚੁੱਲ੍ਹੇ ਵਿੱਚ ਬਣਦੀ, ਪਰ ਉਹ ਚੁੱਲ੍ਹੇ ਵਿੱਚ ਬਲਣ ਵਾਲੀ ਅੱਗ ਵੀ ਅੱਗ ਤੇ ਅੱਗ ਹੀ ਹੈ ਨਾ, ਇਸ ਲਈ ਤੈਨੂੰ ਇੱਕ ਗੱਲ ਤੋਂ ਸੁਚੇਤ ਕਰਦੀ ਹੈ, ਜਾਗ੍ਰਿਤ ਕਰਦੀ ਹੈ, ਚੇਤਨ ਕਰਦੀ ਹੈ ਕਿ ਵੇਖੀ ਕਿਤੇ ਉਸ ਅੱਗ ਦਾ ਦੀ ਵਰਤੋਂ ਅਣਗਹਿਲੀ ਨਾਲ ਨਾ ਹੋ ਜਾਏ, ਨਹੀਂ ਤੇ ਉਹ ਘਰ ਨੂੰ ਵੀ ਲੱਗ ਸਕਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਕਹਿਣ ਲੱਗੇ ਕਾਹੂ ਗ੍ਰਹਿ ਕੀ ਅਗਨ ਪਾਕ ਸਾਖ ਸਿੱਧ ਕਰੇ। ਕਿਸੇ ਘਰ ਵਿੱਚ ਅੱਗ ਸਵਾਦਲੇ ਭੋਜਨ ਵੀ ਬਣਾਉਂਦੀ ਹੈ, ਪਰ ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਉਹ ਹੀ ਅੱਗ ਜ਼ਰਾ ਅਣਗਹਿਲੀ ਨਾਲ ਵਰਤੋਂ ਹੋਈ, ਜ਼ਰਾ ਮਨੁੱਖ ਬੇਖਬਰ ਹੋਇਆ, ਗਾਫਲਤ ਵਿੱਚ ਗਿਆ, ਘਰ ਨੂੰ ਲੱਗ ਗਈ, ਘਰ ਨੂੰ ਲੱਗੀ ਬਦਲਵੇਂ ਰੂਪ ਵਿੱਚ। ਆਪਾਂ ਅੱਜ ਗੈਸ ਦੇ ਸਿਲੰਡਰ ਲੈਂਦੇ ਹਾਂ ਖਾਣਾ ਬਣਾਉਣ ਵਾਸਤੇ, ਪਰ ਜਿਹੜੇ ਸਿਲੰਡਰ ਦੇ ਰਹੇ ਨੇ ਨਾ, ਕਦੀ ਵੇਖੋ ਉਹ ਚੌਕਸੀ ਲਈ, ਸਾਵਧਾਨੀ ਲਈ ਕਿੰਨਾ ਕੁਝ ਨਾਲ ਲਿਖ ਕੇ ਦੇ ਰਹੇ ਨੇ। ਕਹਿੰਦੇ ਨੀ ਖਤਰਨਾਕ ਹੈ, ਬੇਖਬਰ ਨਾ ਹੋਈ, ਇਹਦੀ ਵਰਤੋਂ ਬਹੁਤਾ ਧਿਆਨ ਮੰਗਦੀ ਹੈ। ਹੁਣ ਗੁਰੂ ਕਹਿੰਦੇ ਨੇ ਸੰਸਾਰ ਵਿੱਚ ਆ ਜਾਣਾ ਅੱਗ ਦੀ ਖੇਡ ਹੈ, ਆਤਿਸ਼ਬਾਜ਼ੀ। ਹੁਣ ਜੇ ਕੋਈ ਕਹੇ ਅੱਗ ਛੱਡਦੇ ਆ ਤੇ ਫਿਰ ਰੋਟੀ ਕਿਵੇਂ ਬਣੇ, ਇਹਦਾ ਮਤਲਬ ਸੰਸਾਰ ਛੱਡਦੇ ਵੀ ਨਹੀਂ, ਇਹ ਗੱਲ ਵੀ ਨਹੀਂ ਠੀਕ ਹੈ। ਆਤਿਸ਼ ਦੁਨੀਆ, ਪਰ ਜੇ ਤੂੰ ਆਖੇ ਆਤਿਸ਼ ਦੁਨੀਆ ਜਿਹੜੀ ਹੈ, ਅੱਗ ਦੀ ਖੇਡ ਜਿਹੜੀ ਹੈ ਛੱਡ ਦੇ, ਦੁਨੀਆ ਨੂੰ ਤਿਆਗ ਦੇ, ਜਿਸ ਮਾਲਕ ਨੇ ਤੈਨੂੰ ਭੇਜਿਆ ਤੂੰ ਭੇਜਿਆ ਹੋਇਆ ਹੀ ਤੇ ਆਇਆ, ਤੇ ਜਿੰਨੀ ਦੇਰ ਉਹ ਸੱਦਾ ਨਹੀਂ ਦਿੰਦਾ ਉਹ ਨਹੀਂ ਦੇ ਜਾਣਾ ਨੇ।
ਕੱਲੇ ਆਵੇ ਨਾਨਕਾ ਜੇ ਸੀਰੀਅਸ ਕੀ ਰੋਜ਼ ਪੜ੍ਹਨੇ ਖਿਆਲ ਕਰੀ ਜਿੰਨੇ ਭੇਜਿਆ ਉਹਨੂੰ ਤੇ ਉਹਨੇ ਤੈਨੂੰ ਜਲਣ ਲਈ ਨਹੀਂ ਭੇਜਿਆ ਉਹ ਪਿਤਾ ਇੱਕ ਪਾਸੇ ਉਹਨੂੰ ਪਿਤਾ ਕਹਿੰਦੇ ਜੇ ਰੱਬ ਸਾਡਾ ਬਾਪੂ ਹੈ ਜੇ ਸਾਡਾ ਇਹ ਪੜ੍ਹਨਾ ਸਕਾਰਤ ਹੈ ਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਜੇ ਉਹ ਸੱਚਮੁੱਚ ਸਾਡੇ ਪਿਤਾ ਵਾਂਗੂ ਤੇ ਪਿਤਾ ਤੇ ਕਦੀ ਨਹੀਂ ਚਾਹੁੰਦਾ ਮੇਰਾ ਪੁੱਤਰ ਦੁੱਖਾਂ ਵਿੱਚ ਪਵੇ ਪਿਤਾ ਤੇ ਕਦੀ ਨਹੀਂ ਚਾਹੁੰਦਾ ਉਹਦੇ ਘਰ ਨੂੰ ਅੱਗ ਲੱਗ ਜਾਵੇ ਪਿਤਾ ਤੇ ਕਦੀ ਨਹੀਂ ਚਾਹੁੰਦਾ ਉਹ ਜਲ ਮਰੇ ਬਿਲਕੁਲ ਨਹੀਂ ਚਾਹੁੰਦਾ ਫਿਰ ਉਹਨੇ ਕਿਉਂ ਭੇਜਿਆ ਤੇਰੀ ਸਾਵਧਾਨੀ ਪਰਖਣ ਲਈ ਆਖਿਆ ਤੈਨੂੰ ਪਤਾ ਲੱਗ ਜਾਏ ਤੈਨੂੰ ਤਜਰਬਾ ਹੋ ਜਾਏ ਕਿ ਅੱਗ ਦੇ ਘਰ ਵਿੱਚ ਕਿਵੇਂ ਰਹੀਦਾ ਅੱਗ ਦੇ ਘਰ ਵਿੱਚ ਕਿਵੇਂ ਰਹੀਦਾ ਆਪਾਂ ਪਿਛਲੇ ਦਿਨਾਂ ਵਿੱਚ ਕੁਛ ਵਰੇ ਪਹਿਲਾਂ ਸਿੱਧ ਗੋਸ਼ਟ ਅੰਦਰ ਇੱਕ ਸ਼ਬਦ ਆਇਆ ਸੀ ਜਿਹੜਾ ਸਾਂਝਾ ਕੀਤਾ ਸੀ ਕੋਈ ਚਬਾਣ ਲਈ ਸਾਰ ਕਹਿੰਦੇ ਨੇ ਲੋਹੇ ਨੂੰ ਚਬਾਣ ਲਈ ਲੋਹਾ ਦੇ ਦੇਵੇ ਤੇ ਦੰਦ ਮੋਮ ਦੇ ਲੱਗੇ ਹੋਣ ਅਸੰਭਵ ਹੈ ਨਾ ਵਿਸ਼ਵਾਸ ਕਰਿਓ ਸੰਸਾਰ ਦੀ ਸਫਲਤਾ ਕੋਈ ਸੰਭਵ ਨਹੀਂ ਇਹਨੂੰ ਸੰਭਵ ਬਣਾਉਣਾ ਪੈਂਦਾ ਸਿੱਧ ਗੋਸ਼ਟ ਦਾ ਜਵਾਬੇ ਹੋਈ ਕਹਿਣ ਲੱਗੇ ਜੇ ਭਲਾ ਕੋਈ ਬਰਫ਼ ਦੇ ਕੱਪੜੇ ਪਾ ਲੈ ਉਸ ਸ਼ਬਦ ਦੀ ਅਗਲੀ ਲਾਈਨ ਜੇ ਕੋਈ ਬਰਫ਼ ਦੇ ਕੱਪੜੇ ਪਾ ਲੈ ਤੇ ਅੱਗ ਦਾ ਉਹਦਾ ਘਰ ਹੋਵੇ ਉੱਥੇ ਉਹ ਆਪਣੇ ਕੱਪੜਿਆਂ ਨੂੰ ਬਰਫ਼ ਦੇ ਕੱਪੜਿਆਂ ਨੂੰ ਕਿਵੇਂ ਸੁਰੱਖਿਅਤ ਰੱਖੇ ਬਰਫ਼ ਨੇ ਤਾਂ ਪਿੰਗਲ ਜਾਣਾ ਅੱਗ ਕੋਲ ਜਾ ਕੇ ਨਾ ਸਾਰ ਲੋਹਾ ਮੋਮ ਦੇ ਦੰਦਾਂ ਨਾਲ ਚਬਾਇਆ ਜਾ ਸਕਦਾ ਅਸੰਭਵ ਹੈ ਜੀਵਨ ਦੀ ਕੁਝ ਗੱਲਾਂ ਸਭ ਨੂੰ ਬਾਣੀ ਵਿੱਚ ਬੜੇ ਸੋਹਣੇ ਢੰਗ ਨਾਲ ਸਮਝਾਈਆਂ ਨੇ ਸਮਝਣ ਲਈ ਹਰ ਮਨੁੱਖ ਨੂੰ ਜੀਵਨ ਦੀ ਸਫਲਤਾ ਲਈ ਕੁਝ ਗੱਲਾਂ ਸਮਝਣ ਦੀ ਰਾਤ ਵੀ ਲਫ਼ਜ਼ ਆਏ ਸਨ ਵੀ ਇੱਕ ਐਸਾ ਟੌਪਿਕ ਦੇ ਦਿੱਤਾ ਕਿ ਸੁਭਾਅ ਨੂੰ ਕਿਵੇਂ ਬਦਲਣਾ ਸੁਭਾਅ ਨੂੰ ਕਿਵੇਂ ਸੁਰੱਖਿਅਤ ਰੱਖਣਾ ਇੱਕ ਸੁਭਾਅ ਦਾ ਲਫ਼ਜ਼ ਜਿਹੜਾ ਹੈ ਉਹ ਜਿਹੜਾ ਸਾਰੇ ਮਨੁੱਖਾਂ ਨਾਲ ਸਾਰੀ ਕੁਦਰਤ ਨਾਲ ਹਰ ਜੀਵ ਜੰਤ ਪੱਥਰ ਦਰਖਤਾਂ ਨਾਲ ਵੀ ਸੰਬੰਧ ਰੱਖਦਾ ਰਾਤ ਦਾ ਟੌਪਿਕ ਸੀ ਜਿਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਦੀ ਸੁਭਾਅ ਪ੍ਰਤੀ ਵੀ ਸੋਚਿਆ ਪਰ ਗੁਰੂ ਨੇ ਕਿੰਨੇ ਸੋਹਣੇ ਢੰਗ ਨਾਲ ਦੋ ਲਫ਼ਜ਼ਾਂ ਵਿੱਚ ਬਾਬਾ ਕਬੀਰ ਜੀ ਦੀ ਰਸਨਾ ਤੇ ਬੈਠ ਕੇ ਰਾਤ ਦੇ ਸ਼ਬਦਾਂ ਵਿੱਚ ਸਮਝਾ ਦਿੱਤਾ
ਇਸੇ ਤਰ੍ਹਾਂ ਇੱਕ ਵੀ ਜੀਵ ਹੁੰਦਾ ਸਮਝਣ ਵਾਲਾ ਉਹਦੇ ਨਾਲ ਮੇਲ ਖਾਂਦੀ ਤਾਂ ਆਪਾਂ ਕਹਿ ਰਾਤ ਵਾਲਾ ਰਾਤ ਸਮਝਾਇਆ ਕਿ ਦੇਖ ਮੈਂ ਬਿਰਵਾ ਚੰਦਨ ਦੇ ਬਿਰਵੇ ਨੂੰ ਕਿਉਂ ਚੰਗਾ ਸਮਝ ਰਿਹਾ ਉਹ ਉਹਦੇ ਕੋਲ ਗੁਣ ਨੇ ਖੁਸ਼ਬੂ ਦੇ ਤੇ ਉਹ ਫਿਰ ਗੁਣ ਵੰਡਦਾ ਗੁਲਾਬ ਵੰਡਦਾ ਨਹੀਂ ਰਾਤ ਮਸਲਾ ਹੀ ਆਇਆ ਸੀ ਗੁਲਾਬ ਕੋਲ ਵੀ ਖੁਸ਼ਬੂ ਹੈ ਪਰ ਉਹ ਵੰਡਦਾ ਨਹੀਂ ਆਪਣੇ ਪੜੋਸ ਵਿੱਚ ਬੈਠੇ ਹੋਏ ਕੰਡੇ ਨੂੰ ਨਹੀਂ ਦਿੰਦਾ ਉਹਨੂੰ ਨਾ ਕੋਮਲਤਾ ਦਿੰਦਾ ਨਾ ਉਹਨੂੰ ਖੁਸ਼ਬੂ ਦਿੰਦਾ ਉਹਨੇ ਆਪਣੇ ਲਈ ਰੱਖੀ ਤੇ ਜਿਹੜਾ ਮਨੁੱਖ ਆਪਣੇ ਲਈ ਹੀ ਜਿਉਂਦਾ ਗੁਰੂ ਕਹਿੰਦੇ ਨੇ ਪ੍ਰਵਾਨ ਨੇ ਦੁਨੀਆਂ ਲਈ ਕਿਵੇਂ ਜੀਵੇ ਕਿਉਂਕਿ ਪਿੱਛੋਂ ਕਬੀਰ ਜੀ ਦੇ ਸ਼ਬਦਾਂ ਦੀ ਜਿਹੜੀ ਲੜੀ ਚੱਲ ਰਹੀ ਨਾ ਉਹਦਾ ਆਪਸ ਵਿੱਚ ਬੜਾ ਰਿਸ਼ਤਾ ਹੈ ਪਿੱਛੇ ਇਸ ਤੋਂ ਪਹਿਲੇ ਸ਼ਬਦਾਂ ਵਿੱਚ ਆ ਚੁੱਕਾ ਸੀ ਕਬੀਰ ਸੋਈ ਮਾਰੀਏ ਜੈ ਮੂਏ ਸੁੱਖ ਹੋਏ ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮਾਣੇ ਕੋਈ ਇਹਦਾ ਮਤਲਬ ਭਲਾ ਤੇ ਉਸੇ ਨੂੰ ਸੰਸਾਰ ਆਖੇਗਾ ਨਾ ਜਿਹਦੇ ਕੋਲ ਦੁਖੀ ਹੈ ਜਿਹਦੇ ਜਾਣ ਨਾਲ ਸੁੱਖ ਹੋਵੇਗਾ ਇਸ ਲਈ ਜਿਹੜਾ ਮਨੁੱਖ ਦੁਨੀਆਂ ਨੂੰ ਸੁੱਖ ਪਹੁੰਚਾਉਂਦਾ ਆਪਣੇ ਲਈ ਨਹੀਂ ਜਿਉਂਦਾ ਗੁਰੂ ਕਹਿੰਦੇ ਨੇ ਉਹ ਚੰਦਨ ਹੈ ਗੁਲਾਬ ਵੀ ਨਹੀਂ ਰਾਤ ਲਫਜ਼ ਗੁਲਾਬ ਕੰਡੇ ਨੂੰ ਖੁਸ਼ਬੂ ਨਹੀਂ ਦਿੰਦਾ ਹਾਲਾਂਕਿ ਉਹਦਾ ਆਪਣਾ ਆਪਣੀ ਨਸਲ ਹੈ ਆਪਣਾ ਭਰਾ ਹੈ ਉਸੇ ਢਾਣੀ ਤੇ ਪੈਦਾ ਹੋਇਆ ਪਰ ਚੰਦਨ ਨਾਲ ਦੂਰ ਖਲੋਤੇ ਹੋਏ ਦਰਖਤ ਨੂੰ ਵੀ ਖੁਸ਼ਬੂ ਦੇ ਦਿੰਦਾ ਭਾਵੇਂ ਉਹਦੀ ਆਪਣੀ ਨਸਲ ਵੀ ਨਹੀਂ ਚੰਦਨ ਕਰਦੇ ਭਲਾ ਰਾਤ ਲਫਜ਼ ਆਏ ਸਨ ਵਿਹੜੇ ਉੱਠ ਹੱਕ ਪਲਾਸ ਉਹਨੂੰ ਵੀ ਦੇ ਦਿੰਦਾ ਤੇ ਫਿਰ ਨਾਲ ਦੂਜੇ ਪਾਸੇ ਆਖਿਆ ਆਪ ਕਿੰਨਾ ਦ੍ਰਿੜਾ ਹੈ ਆਪਣਾ ਸੁਭਾਅ ਨਹੀਂ ਛੱਡਦਾ ਸੱਪ ਚਾਰੋ ਤਰਫ ਤੋਂ ਘੇਰ ਲੈਂਦੇ ਨੇ ਉਹ ਜ਼ਹਿਰੀਲੇ ਨੇ ਪਰ ਉਹ ਫਿਰ ਸੀਤਲ ਹੈ ਇਹਦਾ ਮਤਲਬ ਕਿਸੇ ਦਾ ਪ੍ਰਭਾਵ ਆਪ ਨਹੀਂ ਕਬੂਲ ਹੁੰਦਾ ਹੋਰ ਉਸੇ ਨਾਲ ਮਿਲ ਜੁਲ ਖਾਂਦਾ ਇਹਦਾ ਅੱਗ ਦੇ ਘਰ ਵਿੱਚ ਰਹਿਣਾ ਪਰ ਅੱਗ ਦਾ ਸੇਕ ਨਹੀਂ ਕਬੂਲਣਾ ਮੇਲ ਖਾਂਦਾ ਗੁਰੂ ਕਹਿੰਦੇ ਨੇ ਭਲਾ ਜੇ ਕਿਸੇ ਨੇ ਮੋਮ ਦੇ ਦੰਦ ਲਵਾਏ ਹੁਣ ਭਲਾ ਸਾਰ ਕਿਵੇਂ ਜੀ ਲੋਹੇ ਨੂੰ ਕਿਵੇਂ ਚਬਾਵੇ ਜੇ ਭਲਾ ਕਿਸੇ ਨੇ ਬਰਫ ਦੇ ਕੱਪੜੇ ਪਾਏ ਹੋਣ ਉਹ ਅੱਗ ਦੇ ਘਰ ਵਿੱਚ ਕਿਵੇਂ ਰਹੇ ਮੁਸ਼ਕਲ ਹੈ ਪਰ ਹਰ ਮੁਸ਼ਕਲ ਨੂੰ ਆਸਾਨ ਕਿਵੇਂ ਕਰਨਾ ਮਸਲਾ ਤਾਂ ਹੈ ਇਹ ਨਹੀਂ ਕਿ ਦੁਨੀਆਂ ਛੱਡ ਦੇਣੀ ਖੂਬਸੂਰਤ ਢੰਗ ਹੈ ਸਮਝਾਉਣ ਦਾ ਮਨੁੱਖ ਨੂੰ ਸ਼ਕਤੀਸ਼ਾਲੀ ਬਣਾਉਣ ਕਹਿਣ ਲੱਗੇ ਸੰਸਾਰ ਅੱਗ ਹੈ ਪਰ ਇਹਨੂੰ ਤਿਆਗਣਾ ਨਹੀਂ ਇਹਦੇ ਵਿੱਚ ਰਹਿਣ ਦੀ ਜਾਂਚ ਸਿੱਖ ਬਸ ਮਸਲਾ ਤਾਂ ਹੈ ਗੁਰੂ ਜਾਂਚ ਹੀ ਤਾਂ ਸਿਖਾ ਰਹੇ ਕਹਿੰਦੇ ਸੰਸਾਰ ਵਿੱਚ ਰਹਿਣ ਦੀ ਜਾਂਚ ਸਿੱਖ ਸੁਭਾਅ ਬਣਾ ਆਦਤ ਬਣਾ ਤੇ ਉਹਦੇ ਲਈ ਜ਼ਰੂਰੀ ਹੈ ਕਿ ਕੁਝ ਗੱਲਾਂ ਜਿਹੜੀਆਂ ਅਸੰਭਵ ਨੇ ਉਹਨੂੰ ਸੰਭਵ ਕਰਨਾ ਜਿਹੜੀਆਂ ਨਾਮੁਮਕਿਨ ਨੇ ਉਹਨੂੰ ਮੁਮਕਿਨ ਕਰਨਾ ਜਿਹੜੀਆਂ ਨਾ ਕਰ ਸਕਦੇ ਹੁਣ ਦੁਨੀਆਂ ਦੇ ਲੋਕ ਉਹਨੂੰ ਕਰਨਾ ਤਾਂ
ਗੁਰਬਾਣੀ ਵਿੱਚ ਥਾਂ 'ਤੇ ਵੀ ਇਹ ਸ਼ਕਤੀ ਬਹੁਤ ਥਾਵਾਂ 'ਤੇ ਦਿੱਤੀ ਗਈ। ਆਪਾਂ ਹੁਕਮਨਾਮਾ ਵੀ ਕਈ ਵਾਰੀ ਆਉਂਦਾ ਅਤੇ ਆਪ ਪੜ੍ਹਦੇ ਹਾਂ ਗੁਰਬਾਣੀ 'ਚ ਲਫਜ਼ ਨੇ ਅਚਰ ਚਰੈ ਤਾਂ ਸਿੱਧ ਹੋਈ, ਇੱਕ ਲਫਜ਼ ਦੇ ਅੰਦਰ ਫੈਸਲਾ ਗੁਰਬਾਣੀ ਸਮਝਾਉਣ ਨੇ, ਅਚਰ ਚਰੈ ਤਾਂ ਸਿੱਧ ਹੋਈ ਸਿੱਧੀ ਅਤੇ ਬੁੱਧ ਪਾਈ। ਸਫਲਤਾ ਦਾ ਇੱਕ ਰਾਜ਼ ਹੈ, ਅਚਰ ਦਾ ਮਤਲਬ ਹੁੰਦਾ ਜਿਹੜੀ ਚੀਜ਼ ਖਾਧੀ ਨਾ ਜਾ ਸਕੇ, ਚਰੀ ਨਾ ਜਾ ਸਕੇ। ਆ ਪਸ਼ੂ ਚਰਦੇ ਨੇ ਨਾ ਬਾਹਰ, ਆਪਾਂ ਕਹਿੰਦੇ ਘਾਹ ਚਰ ਰਹੇ ਨੇ, ਘਾਹ ਖਾਂਦੇ ਨੇ, ਤਾਂ ਚਰਨ ਦਾ ਅਰਥ ਹੈ ਖਾਣਾ, ਇੱਥੇ ਖਾਣਾ। ਜਿਹੜੀ ਚੀਜ਼ ਨਾ ਖਾਧੇ ਜਾਣ ਵਾਲੀ ਹੈ ਉਹਨੂੰ ਖਾਵੇ, ਅਚਰ ਨਾ ਖਾਧੇ ਜਾਣ ਵਾਲੀ ਚਰੈ ਖਾਵੇ, ਗ੍ਰਹਿਣ ਕਰੇ। ਜਿਹੜੀ ਚੀਜ਼ ਹਜ਼ਮ ਨਹੀਂ ਹੁੰਦੀ ਉਹਨੂੰ ਹਜ਼ਮ ਕਰੇ, ਭਾਵ ਹਰ ਅਸੰਭਵ ਚੀਜ਼ ਨੂੰ ਸੰਭਵ ਕਰਨਾ ਇੱਕ ਸ਼ਕਤੀ ਹੈ, ਤਰਕੀਬ ਹੈ। ਬਿਨਾਂ ਸ਼ਕਤੀ ਦੇ ਬਿਨਾਂ ਤਰਕੀਬ ਦੇ ਕਿਸੇ ਅਸੰਭਵ ਨੂੰ ਸੰਭਵ ਕੀਤਾ ਨਹੀਂ ਜਾ ਸਕਦਾ। ਕਹਿਣ ਲੱਗੇ ਅਚਰ ਚਰੈ ਤਾਂ ਸਿੱਧ ਹੋਈ। ਅਸਲ ਵਿੱਚ ਸਫਲਤਾ ਸਿੱਧੀ, ਜਿਹੜੀ ਸਫਲਤਾ ਦਾ ਅਰਥ ਹੀ ਸਿੱਧੀ ਹੈ, ਕਿਸੇ ਚੀਜ਼ ਨੂੰ ਸਿੱਧ ਕਰ ਲੈਣਾ, ਸਫਲ ਹੋ ਜਾਣਾ ਉਹਦੇ ਵਿੱਚ। ਕਹਿਣ ਲੱਗੇ ਜਦੋਂ ਤੂੰ ਅਚਰ ਨੂੰ ਚਰੇਗਾ, ਜਦੋਂ ਅਸੰਭਵ ਨੂੰ ਸੰਭਵ ਬਣਾਏਗਾ, ਤਾਂ ਸਮਝੀ ਤੂੰ ਸਫਲ ਹੈ। ਦੁਨੀਆ ਦੇ ਹਰ ਮਨੁੱਖ ਦੇ ਸਾਹਮਣੇ, ਨੌਜਵਾਨ ਬੱਚਿਆਂ ਦੇ ਸਾਹਮਣੇ, ਗ੍ਰਸਤੀ ਜੀਵਨ ਵਾਲੇ ਮਨੁੱਖ ਦੇ ਸਾਹਮਣੇ ਹਮੇਸ਼ਾ ਇਹ ਸਵਾਲ ਖੜਾ ਹੈ ਕਿ ਅਸੰਭਵ ਨੂੰ ਸੰਭਵ ਕਿਵੇਂ ਬਣਾਉਣਾ, ਜਿਹੜੇ ਕੰਮ ਮੁਸ਼ਕਲ ਨੇ ਉਹਨਾਂ ਨੂੰ ਆਸਾਨ ਕਿਵੇਂ ਕਰਨਾ। ਜੀਵਨ ਸਭ ਤੋਂ ਮੁਸ਼ਕਲ ਹੈ ਜੀਉਣਾ, ਪਰ ਇਸ ਜੀਵਨ ਨੂੰ ਆਸਾਨ ਕਿਵੇਂ ਕਰਨਾ, ਮਸਲਾ ਹੈ। ਕਹਿਣ ਲੱਗੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਉਸ ਸਫਲਤਾ ਵਿੱਚੋਂ ਮਨੁੱਖ ਨੂੰ ਤਜਰਬਾ ਬੁੱਧੀ ਮਿਲੇ, ਸੰਭਵ ਨੂੰ ਸੰਭਵ ਕਿਵੇਂ ਕਰ। ਇੱਥੇ ਵੀ ਲਫਜ਼ ਨੇ, ਅੱਜ ਦਾ ਵੀ ਸਬਜੈਕਟ ਬੜਾ ਮਿਲਵਾ ਚੁਣ। ਕਹਿਣ ਲੱਗੇ ਸੰਸਾਰ ਅੱਗ ਦਾ ਘਰ ਹੈ, ਇਹਦੇ ਵਿੱਚ ਕੋਈ ਦੋ ਰਹਿਣਾ ਨਹੀਂ। ਹਰ ਪਾਸੇ ਤ੍ਰਿਸ਼ਨਾ, ਈਰਖਾ ਹੈ, ਦੁਆਖਤਾ ਹੈ, ਨਫ਼ਰਤ ਹੈ, ਟਕਰਾਓ ਹੈ। ਦੁਨੀਆਂ ਅੰਦਰ ਕਈ ਲੋਕ ਸੁਖੀ ਨੇ, ਬਿਲਕੁਲ ਨਹੀਂ। ਮੈਂ ਇੱਕ ਵਾਰ ਕੀਤੀ ਸੀ, ਕਦੀ ਬਿਲਕੁਲ ਡਾਕਟਰ ਬਹੁਤ ਘੱਟ ਹੁੰਦਾ, ਕੋਈ ਵਿਰਲਾ ਕਿਤੇ ਵੈਦ ਹੁੰਦਾ ਸੀ। ਦਵਾਈਆਂ ਅੱਜ ਕੱਲ੍ਹ ਦਿਨ ਰਾਤ ਲੱਗੀਆਂ ਹੋਈਆਂ ਨੇ, ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਦਵਾਈਆਂ ਹੀ ਬਣਾਈ ਜਾਂਦੀਆਂ ਨੇ, ਥਾਂ ਥਾਂ ਹੋਸਪਿਟਲ ਨੇ, ਕੋਈ ਘਰਾਂ ਦਾ ਕਾਫਲਾ, ਕੋਈ ਕਲੋਨੀ ਐਸੀ ਵੀ ਬਣਦੀ ਜਿਹਦੇ ਨੇੜੇ ਘਰ ਹੋਸਪਿਟਲ ਨਾ ਬਣਾਇਆ ਜਾਏ, ਕਿਉਂਕਿ ਮਨੁੱਖ ਦੀ ਲੋੜ ਬਣਾ ਰਹੇ। ਪਰ ਕੀ ਰੋਗ ਖਤਮ ਹੋ ਗਏ ਜਾਂ ਰੋਗੀ ਸਾਰੇ ਤੰਦਰੁਸਤ ਹੋ ਗਏ ਨੇ? ਰੋਗੀ ਵੱਧ ਰਹੇ ਨੇ, ਅੱਗੇ ਜਿਹੜੇ ਰੋਗੀ ਨਹੀਂ ਸੁਣਦੇ, ਰੋਗੀ ਅੱਗੇ ਨਾਲੋਂ ਵੱਧ ਗਏ। ਜਿੱਥੇ ਡਾਕਟਰ ਵਧੇ ਨੇ ਰੋਗੀ ਵੀ ਵਧੇ, ਜਿੱਥੇ ਦਵਾਈਆਂ ਵਧੀਆਂ ਨੇ ਰੋਗੀ ਵੀ ਵਧੇ ਨੇ। ਕਾਰਨ ਕਿਉਂਕਿ ਆਤਿਸ਼ ਦੁਨੀਆ, ਇਹਦੇ ਵਿੱਚ ਦੁੱਖ ਤਾਂ ਰਹਿਣੇ ਨੇ। ਇੱਕ ਵਾਰ ਅਰਜ਼ ਕੀਤੀ ਸੀ ਕਿ ਬੱਚਾ ਜਦੋਂ ਜਨਮ ਲੈਂਦਾ, ਸਭ ਤੋਂ ਪਹਿਲਾਂ ਜਨਮ ਲੈਂਦਿਆਂ ਰੋਂਦਾ ਹੀ ਕਿਉਂ ਹੈ?
ਜਦੋਂ ਬੱਚਾ ਜਨਮ ਲੱਗਾ ਬਜ਼ੁਰਗਾਂ ਨੂੰ ਪਤਾ ਬੱਚੇ ਦੇ ਜਨਮ ਦੀ ਨਿਸ਼ਾਨੀ ਕੀ ਹੈ? ਸਭ ਤੋਂ ਪਹਿਲਾਂ ਰੋਣ ਦੀ ਆਵਾਜ਼ ਆਉਂਦੀ ਹੈ। ਰੋਂਦੇ ਕਿਉਂ? ਮਿਹਨਤ ਕੀਤੀ ਸੀ। ਇਹ ਉਹ ਦੱਸਦਾ ਜੇ ਬੱਚੇ ਨੂੰ ਅਹਿਸਾਸ ਅਨੁਭਵ ਹੋ ਗਿਆ ਹੋਵੇ ਮੈਂ ਕਿਸ ਦੁਨੀਆਂ ਵਿੱਚ ਆ ਗਿਆ। ਅਹਿਸਾਸ ਜਨਮ ਲੈਂਦੀ ਰੋਂਦੇ ਕਿ ਮੈਂ ਕਿਸ ਦੁਨੀਆਂ ਵਿੱਚ ਆ ਗਿਆ। ਹਾਲਾਂਕਿ ਇਸ ਦੁਨੀਆਂ ਦੇ ਹਿਸਾਬ ਨਾਲ ਉਹਦੇ ਲਈ ਬਹੁਤ ਕੁਝ ਪੈਦਾ ਕੀਤਾ ਗਿਆ, ਉਹਦੀ ਹਰ ਲੋੜ ਵੀ ਪੂਰੀ ਕੀਤੀ ਗਈ ਹੈ। ਪਹਿਲੋਂ ਦੇਤਾ ਰਿਜਕ ਸੰਭਾਹ, ਪਿੱਛੋਂ ਦੇਤਾ ਜੰਤੂ ਪਾ ਗੁਰਬਾਣੀ ਕਹਿ ਰਹੀ ਉਹਦੇ ਲਈ ਸਾਰਾ ਸਾਜੋ ਸਮਾਨ ਪੈਦਾ ਹੋਇਆ। ਮਾਤਾ ਪਿਤਾ ਨੂੰ ਵੀ ਫਿਕਰ ਹੈ ਉਹਦੇ ਲਈ, ਆਪਣੀ ਤੌਫੀਕ ਦੇ ਮੁਤਾਬਕ ਸਭ ਕੁਝ ਬਣਾਉਂਦੇ ਨੇ, ਪਰ ਫਿਰ ਵੀ ਅਜੀਬ ਗੱਲ ਹੈ ਉਹਦਾ ਅਹਿਸਾਸ ਕੀ ਹੈ? ਇਸ ਦੁਨੀਆ ਵਿੱਚ ਆਉਂਦਿਆਂ ਹੀ ਸਭ ਤੋਂ ਪਹਿਲਾਂ ਉਹਦਾ ਰੋਣ ਹੀ ਨਿਕਲਦਾ, ਮੈਂ ਕਿਸ ਦੁਨੀਆ ਵਿੱਚ ਆ ਗਿਆ। ਇਹ ਆਤਿਸ਼ ਇਹ ਅੱਗ ਹੈ, ਅੱਗ ਦੇ ਘਰ ਵਿੱਚ ਆ ਗਿਆ। ਤੇ ਮੈਂ ਕੀਤੀ ਸੀ ਜੇ ਸੱਚਮੁੱਚ ਆਤਿਸ਼ ਦੁਨੀਆ ਹੈ ਤੇ ਰੱਬ ਸਾਡਾ ਦੁਸ਼ਮਣ ਤੇ ਹੈ ਨਹੀਂ, ਹਰ ਪੱਖ ਨੂੰ ਵਿਚਾਰਨਾ ਰੱਬ ਸਾਡਾ ਦੁਸ਼ਮਣ ਤੇ ਹੈ ਨਹੀਂ, ਉਹਨੇ ਸਾਨੂੰ ਭੇਜਿਆ ਹੀ ਕਿਉਂ? ਇਸ ਆਤਿਸ਼ ਦੁਨੀਆ ਵਿੱਚ ਉਹਦੇ ਹੁਕਮ ਨਾਲ ਹੀ ਆਇਆ, ਕਿਉਂ ਆਇਆ? ਉਹਨੇ ਭੇਜਿਆ ਕਿਉਂ? ਕਿਉਂਕਿ ਰੱਬ ਆਪਣੇ ਪੁੱਤਰ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦਾ। ਲਓ ਇੱਥੇ ਰੁਕਣਾ। ਅੱਜ ਦੇ ਤਜਰਬੇ ਗੱਲ ਆਖਦੇ ਨੇ, ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਖਤਰਿਆਂ ਵਿੱਚ ਨਹੀਂ ਪਾਉਂਦੇ ਨਾ, ਉਹਨਾਂ ਦੇ ਬੱਚੇ ਬੁਝਦੇ ਰਹਿ ਜਾਂਦੇ। ਇਹ ਵੀ ਇੱਕ ਥਿਊਰੀ ਹੈ। ਜਿਹੜਾ ਬੱਚਾ ਕਦੀ ਰਿਸਕ ਨਹੀਂ ਜੀਵਨ ਦੀ ਲੈ ਸਕਦਾ, ਉਹ ਬੱਚਾ ਕਦੀ ਸਫਲ ਨਹੀਂ ਹੋ ਸਕਦਾ। ਰੋਜ਼ਾਨਾ ਜੀਵਨ ਦੀ ਗੱਲ ਹੈ। ਮੇਰਾ ਬਾਲਕ ਪਿਤਾ ਹੈ, ਉਹ ਕਹਿੰਦੇ ਇਹਨੂੰ ਇਸ ਆਤਿਸ਼ ਦੁਨੀਆ ਵਿੱਚ ਭੇਜਾਂਗਾ ਤਾਂ ਇਹਨੂੰ ਜਿਉਣਾ ਆਵੇਗਾ, ਇਸ ਅੱਗ ਵਿੱਚ ਕਿਵੇਂ ਸੁਰੱਖਿਅਤ ਰਹੀਦਾ। ਬਰਫ਼ ਦੇ ਕੱਪੜੇ ਪਾ ਕੇ ਭੇਜਾਂ, ਇਹ ਆਪਣੇ ਆਪ ਨੂੰ ਸੁਰੱਖਿਅਤ ਕਰੇ। ਸਿੰਧ ਗੋਸ਼ਤ ਦੇ ਲਫ਼ਜ਼ ਕਿਵੇਂ ਕਰੇ? ਹੁਣ ਦੁਨੀਆ ਛੱਡ ਤੇ ਦੇਣੀ ਨਹੀਂ, ਇੱਕ ਪਾਸੇ ਇਹ ਵੀ ਹੈ, ਦੁਨੀਆ ਤਿਆਗਣੀ ਨਹੀਂ। ਸੰਸਾਰ ਅੰਦਰ ਜਿਹੜੇ ਲੋਕ ਸੁਸਾਈਡ ਕਰਦੇ ਨੇ, ਕੋਈ ਲੋਕ ਉਹਨਾਂ ਨੂੰ ਚੰਗਾ ਸਮਝਦੇ ਨੇ? ਬੁਜ਼ਦਲੀ ਕਮਜ਼ੋਰੀ ਹੈ। ਬੁਜ਼ਦਲ ਸੁਸਾਈਡ ਕਰਨ ਵਾਲਾ ਹਰ ਮਨੁੱਖ ਇੱਕ ਗੱਲ ਸਮਝ ਲਿਓ, ਜ਼ਰੂਰ ਆਪਣੇ ਜੀਵਨ ਦੇ ਕਰਤੱਵ ਵਿੱਚ ਹਾਰ ਜਾਂਦਾ ਹੈ। ਹਾਰੇ ਹੋਏ ਦੀ ਨਿਸ਼ਾਨੀ ਜਦੋਂ ਸਮਝਦਾ ਮੇਰੇ ਲਈ ਕੋਈ ਦਰਵਾਜ਼ਾ ਨਹੀਂ, ਕਿਉਂਕਿ ਮੈਂ ਤਾਂ ਗੁਰੂ ਕਹਿੰਦੇ ਨੇ ਮੈਂ ਤਾਂ ਤੈਨੂੰ ਜਿਉਣਾ ਸਿਖਾਉਣਾ ਚਾਹੁੰਦਾ, ਆਇਆ ਤਾਂ ਤੂੰ ਜੀਵਨ ਸਿੱਖਣਾ ਹੀ ਹੈ। ਇਸ ਲਈ ਮਸਲਾ ਇਹ ਹੈ ਵੀ ਦੁਨੀਆ ਤਿਆਗਣੀ ਨਹੀਂ, ਸੰਸਾਰ ਛੱਡਣਾ ਨਹੀਂ, ਪਰ ਇਸ ਅੱਗ ਵਿੱਚ ਕਿਵੇਂ ਜਿਉਣਾ ਹੈ, ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਕਰਨਾ ਇਹ ਸਿੱਖ ਲੈ।
ਕਹਿੰਦੇ ਨੇ ਸਾਗਰ ਬੁੜਤ ਸੰਸਾਰਾ ਅਗਨ ਸਾਗਰ ਬੁੜਤ ਸੰਸਾਰਾ ਨਾਨਕ ਬਾਹ ਪਕੜ ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ ਇਹ ਮੇਰੇ ਰੱਬ ਦੀ ਨਿਸ਼ਾਨੀ ਪਿਤਾ ਹੈ ਨਾ ਇਸ ਲਈ ਉਹਨੇ ਖਤਰੇ ਵਿੱਚ ਪਾ ਵੀ ਦਿੱਤਾ ਹੈ ਤੇ ਨਾਲ ਮਦਦਗਾਰ ਵੀ ਭੇਜ ਦਿੱਤਾ ਸੀ ਭਲਾ ਜੇ ਕਿਸੇ ਔਕੜ ਵਿੱਚ ਫਸ ਜਾਏ ਇਹਦਾ ਸਾਥ ਲਈ ਗੁਰੂ ਕਿਉਂ ਭੇਜਿਆ ਸੀ ਗੁਰੂ ਦੀ ਸਾਡੀ ਸਮਝ ਕੀ ਹੈ ਹਰ ਖਤਰੇ ਦੇ ਟਾਈਮ ਤੇ ਸਾਡਾ ਸਾਥ ਦੇਵੇ ਜਿੱਥੇ ਅਸੀਂ ਭੁੱਲ ਰਹੇ ਹੋਈਏ ਉੱਥੇ ਸਾਨੂੰ ਬਾਹ ਫੜ ਰਹੇ ਸਾਡੀ ਬਦਕਿਸਮਤੀ ਹੈ ਅਸੀਂ ਉਹਦੇ ਰੋਕਿਆ ਰੁਕੀਏ ਹੀ ਨਾ ਰੱਬ ਪਿਤਾ ਹੈ ਉਹਦਾ ਕੋਈ ਦੋਸ਼ ਨਹੀਂ ਉਹਨੇ ਸਾਗ ਦੇ ਘਰ ਵਿੱਚ ਭੇਜਿਆ ਹੈ ਇਹਦੇ ਵਿੱਚ ਵੀ ਉਹਦੀ ਮਰਜ਼ੀ ਹੈ ਐਵੇਂ ਨਹੀਂ ਆਇਆ ਹੁਕਮ ਵਿੱਚ ਹੀ ਆਇਆ ਪਰ ਉਸ ਪੜ੍ਹਨੇ ਜਪਜੀ ਸਾਹਿਬ ਅੰਦਰ ਕੀ ਇੱਕੋ ਜਪਜੀ ਸਾਹਿਬ ਜੇ ਕਦੀ ਅਸੀਂ ਵਿਸਥਾਰ ਨਾਲ ਵਿਸ਼ਵਾਸ ਉਹ ਸਮਝ ਕੇ ਪੜ੍ਹ ਲਈਏ ਨਾ ਪੂਰੀ ਜ਼ਿੰਦਗੀ ਦੀ ਕਹਾਣੀ ਹੈ ਜਪਜੀ ਸਾਹਿਬ ਵਿੱਚ ਪੜ੍ਹਨੇ ਹੁਕਮੀ ਹੋਣ ਅਕਾਲ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲਿਆ ਵਡਿਆਈ ਜੀਵ ਆਇਆ ਵੀ ਉਹਦੇ ਹੁਕਮ ਵਿੱਚ ਤੇ ਉਹਦੇ ਜੀਵਨ ਦੀ ਸਫਲਤਾ ਵਡਿਆਈ ਵੀ ਉਹਦੇ ਹੁਕਮ ਵਿੱਚ ਹੈ ਇਸੇ ਲਈ ਤਾਂ ਜਦੋਂ ਕੋਈ ਵਡਿਆਈ ਸਫਲਤਾ ਮਿਲਦੀ ਹੈ ਫਿਰ ਵੀ ਅਸੀਂ ਸ਼ੁਕਰ ਉਹਦਾ ਕਰਨੇ ਹਾਂ ਕਿਉਂਕਿ ਉਹਦੇ ਹੁਕਮ ਵਿੱਚ ਹੈ ਨਾ ਹੁਕਮ ਲੈ ਵਡਿਆਈ ਹੁਣ ਮਸਲਾ ਸਾਡੇ ਸਾਹਮਣੇ ਇਹ ਹੈ ਕਿ ਦੁਨੀਆਂ ਜਿਹੜੀ ਹੈ ਇਹ ਆਤਿਸ਼ ਹੈ ਦੁਨੀਆਂ ਅੱਗ ਹੈ ਇਹਦੇ ਵਿੱਚ ਕੋਈ ਦੋ ਰਹਿਣਾ ਨਹੀਂ ਗੁਰਬਾਣੀ ਅੰਦਰ ਇੱਕ ਥਾਂ 'ਤੇ ਨਹੀਂ ਅਨੇਕਾਂ ਥਾਵਾਂ 'ਤੇ ਇੱਕ ਗੱਲ ਆਖ ਰਹੀ ਪਰ ਦੁਨੀਆਂ ਛੱਡਣੀ ਵੀ ਨਹੀਂ ਸਾਡਾ ਦਿਲ ਵੀ ਛੱਡਣ 'ਤੇ ਨਹੀਂ ਅਸੀਂ ਦੁਨੀਆਂ ਛੱਡ ਸਕਦੇ ਸਾਨੂੰ ਦੁਨੀਆਂ ਚੰਗੀ ਲੱਗਦੀ ਪਰ ਹੈ ਆਤਿਸ਼ ਇਹਦੇ 'ਚ ਕੋਈ ਦੋ ਰਹਿਣਾ ਨਹੀਂ ਦਿਨ ਰਾਤ ਦੀ ਚਿੰਤਾ ਜਿਹੜੇ ਘਰ ਸੁਖੀ ਨੇ ਕੀ ਉਹਨਾਂ ਨੂੰ ਚਿੰਤਾ ਕੋਈ ਨਾ ਫਿਕਰ ਚਿੰਤਾ ਉਹਨਾਂ ਨੂੰ ਵੀ ਗੁਰੂ ਨੇ ਪਾਣੀ ਵੀ ਚੱਕ ਦਿੱਤਾ ਕਹਿਣ ਲੱਗੇ ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ ਤਿੰਨ ਤਾਂ ਚੀਜ਼ਾਂ ਨੇ ਸਾਰੀਆਂ ਗ੍ਰਸਤੀ ਨੂੰ ਅਖੇ ਚਿੰਤਾ ਉਦਾਸੀ ਤੇ ਜੇ ਬਹੁਤ ਕੁਝ ਆ ਜਾਏ ਤਾਂ ਅਹੰਕਾਰੀ ਗੁਰੂ ਨੇ ਆਖੇ ਕਹਿਣ ਲੱਗੇ ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ ਇਹ ਤਿੰਨ ਚੀਜ਼ਾਂ ਕੋਲ ਤੇ ਤਿੰਨੋ ਹੀ ਚੀਜ਼ਾਂ ਅੱਗ ਨੇ ਅਹੰਕਾਰੀ ਮਨੁੱਖ ਜਿਹੜਾ ਉਹ ਜ਼ੁਲਮ ਕਰਦਾ ਉਹ ਵੀ ਅੱਗ ਹੈ ਜੇ ਚਿੰਤਾ ਹੈ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਵੀ ਅੱਗ ਪਰੇਸ਼ਾਨੀ ਹੈ ਦੁੱਖ
ਜੇ ਕੋਈ ਵਿਛੜ ਜਾਏ ਤਾਂ ਉਸਦੀ ਉਦਾਸੀ ਹੈ, ਕੁਛ ਹੱਥੋਂ ਚਲਾ ਜਾਏ ਤਾਂ ਉਸਦੀ ਉਦਾਸੀ ਹੈ। ਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੰਸਾਰ ਹੈ ਕੀ, ਜੇ ਇੱਥੇ ਕੁਝ ਚੀਜ਼ ਮਿਲ ਜਾਏ ਤਦ ਵੀ ਦੁੱਖ ਹੈ, ਜੇ ਚਲਾ ਜਾਏ ਤਦ ਵੀ ਦੁੱਖ ਹੈ। ਫਿਰ ਇਸ ਸੰਸਾਰ ਵਿੱਚ ਰਹਿਣਾ ਹੈ, ਦੁਨੀਆਂ ਵਿੱਚ ਰਹਿਣਾ ਹੈ ਤਾਂ ਕਿਵੇਂ ਰਹਿਣਾ ਹੈ, ਤਾਂ ਕਿ ਚਿੰਤਾ ਤੇ ਉਦਾਸੀ ਖਤਮ ਹੋ ਜਾਏ। ਲਓ ਇੱਥੇ ਰੁਕਣਾ ਚਾਹੁੰਦਾ, ਜੇ ਅੱਗ ਹੈ ਤਾਂ ਉਹਨੂੰ ਬਦਲਣਾ ਕਿਵੇਂ। ਬਾਬਾ ਕਬੀਰ ਜੀ ਦੇ ਅੱਗੇ ਜਾ ਕੇ ਆਏਗਾ ਬਹੁਤ ਅੱਗੇ, ਜਿਸ ਸਮਾਂ ਇੱਕ ਸਲੋਕ ਹੈ, ਇੱਕ ਸਲੋਕ ਹੈ ਜਿਹਦੇ ਵਿੱਚ ਇੱਕ ਲਫ਼ਜ਼ ਨੇ ਕਹਿੰਦੇ ਨੇ, ਸਾਨੂੰ ਬਹੁਤ ਸਮਾਂ ਲੱਗ ਜਾਣਾ ਇੱਥੇ ਪਹੁੰਚਣ ਦਾ। ਕਹਿੰਦੇ ਇੱਕ ਉਹ ਅੱਗ, ਜਵਾਲਾ ਕਹਿੰਦੇ ਨੇ ਅੱਗ ਨੂੰ, ਹਰ ਇੱਕ ਲਫ਼ਜ਼ ਵੀ ਨਾਲ ਨਾਲ ਸਮਝ ਸਮਝ ਜਾ ਰਿਹਾ। ਜਵਾਲਾ ਕਹਿੰਦੇ ਨੇ ਅੱਗ ਨੂੰ, ਕਹਿੰਦੇ ਨੇ ਜਿਸ ਅੱਗ ਨੇ ਸਾਰੇ ਸੰਸਾਰ ਨੂੰ ਸਰੀਰ ਕਰਕੇ ਵੀ, ਮਨ ਕਰਕੇ, ਚਿੰਤਾ ਕਰਕੇ ਜਾਲਿਆ ਹੀ ਜਾ ਰਿਹਾ ਹੈ, ਹਰ ਕੋਈ ਇਸ ਅੱਗ ਵਿੱਚ ਜਲ ਰਿਹਾ ਹੈ, ਹਰ ਕੋਈ ਜਲ ਰਿਹਾ। ਬਾਬਾ ਦੇ ਕਹਿੰਦੇ ਅੰਦਰ ਜਲਤੀ ਸਭ ਪ੍ਰਿਥਵੀ ਦਿਸ਼ਾ, ਮੈਂ ਜਾਣਿਆ ਦੁੱਖ ਮੁੱਝ ਕੋ ਫਰੀਦੇ ਵੀ ਆ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਮਾਇਆ ਜਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਮੈਂ ਦੇਖਿਆ ਮੈਨੂੰ ਘਰ ਘਰ ਅੰਦਰ ਸ਼ੋਲੇ ਬਲਦੇ ਦਿਸੇ ਅੱਗ। ਤੇ ਬਾਬਾ ਕਬੀਰ ਜੀ ਨੇ ਇੱਕ ਲਫ਼ਜ਼ ਕਹਿ ਦਿੱਤੇ, ਔਰ ਇਹਨੂੰ ਕਹਿੰਦੇ ਨੇ ਅਸੰਭਵ ਨੂੰ ਸੰਭਵ ਕਰਨਾ। ਕਹਿਣ ਲੱਗੇ ਜਿਨ ਜਵਾਲਾ ਜਗ ਜਾ ਰਿਹਾ, ਜਿਸ ਜਵਾਲਾ ਨੇ ਅੱਗ ਨੇ ਸੰਸਾਰ ਜਲਾ ਦਿੱਤਾ। ਇੱਕ ਲਫ਼ਜ਼ ਦੇਖਣਾ ਅਗਲਾ ਕੀ ਹੈ, ਜਿਨ ਜਵਾਲਾ ਜਗ ਜਾ ਰਿਹਾ ਸੋ ਜਾਣ ਕੇ ਉਦਕ ਸਮਾਨ, ਉਦਕ ਕਹਿੰਦੇ ਨੇ ਪਾਣੀ ਨੂੰ, ਕਹਿੰਦੇ ਨੇ ਜਿਹਨੂੰ ਭਗਤ ਨੂੰ, ਕਿਹਨੂੰ, ਜਿਹਨੂੰ ਜਾਣਨ ਨੂੰ, ਸੇਵਕ ਨੂੰ, ਸਿੱਖ ਨੂੰ ਗੁਰੂ ਨੇ ਅਗਵਾਈ ਕਰਕੇ ਇਸ ਅੱਗ ਦੇ ਘਰ ਵਿੱਚ ਜਿਉਣਾ ਸਿਖਾ ਦਿੱਤਾ, ਦੁਨੀਆਂ ਵਿੱਚ ਕਿਵੇਂ ਰਹਿਣਾ। ਲਓ ਇਹੋ ਹੀ ਤੇ ਮਨੁੱਖ ਦੀ ਸਭ ਤੋਂ ਜ਼ਰੂਰੀ ਚੀਜ਼ ਸਮਝਣ ਵਾਲੀ ਹੈ। ਇਹ ਗੱਲ ਵੱਖਰੀ ਹੈ ਕਿ ਸੰਸਾਰ ਦੇ ਲੋਕਾਂ ਨੇ ਵੀ ਕੁਝ ਸਬਜੈਕਟ ਪੈਦਾ ਕੀਤੇ ਨੇ, ਪਰ ਉਹਦਾ ਮਤਲਬ ਵੀ ਇਹੋ ਹੀ ਹੈ ਵੀ ਦੁਨੀਆਂ ਵਿੱਚ ਕਿਵੇਂ ਰਹਿਣਾ ਹੈ। ਬੱਚਿਆਂ ਦੀਆਂ ਪੜ੍ਹਾਈਆਂ ABC ਤੋਂ ਸ਼ੁਰੂ ਕਰਕੇ ਦੇਖ ਲਓ, ਵੱਡੀਆਂ ਵੱਡੀਆਂ ਡਿਗਰੀਆਂ ਲੈਂਦੇ ਤੱਕ ਉਹਨਾਂ ਨੂੰ ਕੋਈ ਨਾ ਕੋਈ ਮਸਲਾ ਜੀਵਨ ਦਾ ਹੀ ਪੜ੍ਹਾਇਆ ਜਾਂਦਾ ਹੈ ਵੀ ਆਹ ਮਸਲਾ ਤੇਰੇ ਸਾਹਮਣੇ ਆਉਣਾ, ਇਹਨੂੰ ਇਹਦੇ ਵਿੱਚੋਂ ਤੂੰ ਕਿਵੇਂ ਸੁਰੱਖਿਅਤ ਨਿਕਲਣਾ। ਭਾਵੇਂ ਉਹ ਮੈਡੀਕਲ ਹੈ,
ਭਾਵੇਂ ਉਹ ਵਕਾਲਤ ਹੈ, ਭਾਵੇਂ ਕੋਈ ਵੀ ਮਸਲਾ ਹੈ, ਜਿੰਨੇ ਸਬਜੈਕਟ ਨੇ, ਜਿੰਨੀਆਂ ਡਿਗਰੀਆਂ ਨੇ, ਕਦੀ ਧਿਆਨ ਨਾਲ ਦੇਖਿਓ, ਉਹਦੇ ਪਿੱਛੇ ਮਨੁੱਖੀ ਦੁੱਖਾਂ ਵਿੱਚੋਂ ਬਚਣ ਦਾ, ਸੁਰੱਖਿਅਤ ਕਰਨ ਦਾ ਇੱਕ ਸਾਧਨ ਹੈ। ਜੇ ਤੈਨੂੰ ਇਨਸਾਫ ਨਾ ਮਿਲੇ ਤਾਂ ਇਉਂ ਕੇਸ ਲੜਨਾ, ਜੇ ਤੈਨੂੰ ਤੇਰਾ ਰੋਗ ਨਾ ਦੂਰ ਹੋਵੇ ਤਾਂ ਇਉਂ ਡਾਕਟਰ ਕੋਲ ਜਾਣਾ, ਉਹਦੀ ਗੱਲ ਮੰਨਣੀ ਹੈ। ਤਾਂ ਮੇਰੇ ਕਹਿਣ ਦਾ ਮਤਲਬ, ਇਹ ਜਿੰਨੇ ਸਬਜੈਕਟ ਸੰਸਾਰ ਨੇ ਵੀ ਬਣਾਏ ਨੇ, ਉਹਦਾ ਮਤਲਬ ਉਹ ਇਹ ਸਮਝਦਾ ਹੈ ਕਿ ਸੰਸਾਰ ਵਿੱਚ ਦੁੱਖ ਹੈ, ਮੁਸ਼ਕਲਾਂ ਹੈ, ਉਹਨਾਂ ਨੂੰ ਆਸਾਨ ਕਿਵੇਂ ਕਰਨਾ ਹੈ, ਬਸ ਜਿਉਣਾ ਸਿੱਖਣਾ ਹੈ। ਹੁਣ ਖਿਆਲ ਦੇ ਰਹੇ ਨੇ, ਕਹਿੰਦੇ ਜਿਹੜੀ ਜਵਾਲਾ ਜੱਗ ਜਾ ਰਿਹਾ, ਜਿਸ ਅੱਗ ਨੇ ਸਾਰੇ ਸੰਸਾਰ ਨੂੰ ਜਲਾ ਕੇ, ਚਿੰਤਾ ਨੇ, ਫਿਕਰ ਨੇ ਸਾਰੇ ਸੰਸਾਰ ਨੂੰ ਜਲਾ ਕੇ ਰੱਖ ਦਿੱਤਾ, ਸੋ ਜਾਣਕ ਹੈ ਉਹ ਰੱਬ ਦੇ, ਗੁਰੂ ਦੇ ਬਣੇ ਹੋਏ ਮਨੁੱਖ ਜਿਹੜੇ ਨੇ, ਉਹ ਜਵਾਲਾ ਅੱਗ ਉਹਨਾਂ ਦੇ ਸਾਹਮਣੇ ਜਦੋਂ ਆਉਂਦੀ ਹੈ ਨਾ, ਪਾਣੀ ਹੋ ਜਾਂਦੀ ਹੈ। ਇਹਨੂੰ ਕਹਿੰਦੇ ਨੇ ਅਸੰਭਵ ਸੰਭਵ ਕਰ, ਨਹੀਂ ਤੇ ਕੋਈ ਅੱਗ ਨੂੰ ਪਾਣੀ ਬਣਾ ਸਕਦਾ? ਪਾਣੀ ਦੇ ਲਫ਼ਜ਼ ਨੇ, ਆਪਾਂ ਆਖੀਏ ਫਲਾਣੇ ਦੀ ਅੱਗ, ਫਲਾਣੇ ਦੇ ਘਰ ਨੂੰ ਲੱਗੀ ਹੋਈ ਅੱਗ ਜਿਹੜੀ, ਆਪਾਂ ਹੀ ਪਾਣੀ ਬਣ ਜਾਵੇ, ਫਾਇਰ ਬ੍ਰਿਗੇਡ ਦੀ ਲੋੜ ਹੀ ਨਾ ਪਵੇ। ਅੱਗ ਵੀ ਕਦੀ ਪਾਣੀ ਬਣ ਸਕਦੀ ਹੈ? ਰੱਬ ਵੀ ਲਫ਼ਜ਼ ਸਰ, ਅੱਗ ਤੱਤੀ ਜਲਸੀ ਲਾ, ਕਿਤੇ ਅਵਗੁਣ ਕਿਤੇ ਗੁਣ ਵਿੱਚ ਆ ਜਾਏ, ਅੱਗ ਤੱਤੀ ਹੈ, ਉਹਨੇ ਜਲਾਣਾ ਹੀ ਜਲਾਣਾ, ਪਾਣੀ ਠੰਡਾ ਹੈ, ਉਹਨੇ ਬੁਝਾਣੀ ਬੁਝਾਣੀ, ਦੋਵਾਂ ਦਾ ਫਰਕ ਹੈ। ਪਰ ਇੱਥੇ ਉਸ ਫਰਕ ਨੂੰ, ਉਸ ਅਸੰਭਵ ਨੂੰ ਸੰਭਵ ਕਿਉਂ ਕੀਤਾ ਨੇ? ਬਸ ਸਫਲਤਾ ਦਾ ਰਾਜ ਇੱਕ ਲਾਈਨ ਦੇ ਉਹ ਲਫ਼ਜ਼ ਕੀ ਨੇ, ਜਿਹਨੇ ਜਵਾਲਾ ਜੱਗ ਜਾ ਰਿਹਾ, ਜਿਸ ਅੱਗ ਨੇ ਸਾਰੇ ਸੰਸਾਰ ਨੂੰ ਜਲਾ ਦਿੱਤਾ, ਜਿਹਨਾਂ ਕੋਲ ਅਸੰਭਵ ਨੂੰ ਸੰਭਵ ਬਣਾਉਣ ਦਾ ਤਰੀਕਾ ਨਹੀਂ ਸੀ, ਜਿਹਨਾਂ ਨੇ ਗੁਰੂ ਕੋਲੋਂ ਪੁੱਛਿਆ ਨਹੀਂ ਸੀ ਜੀ, ਪਾਣੀ ਅੱਗ ਦੋਵੇਂ ਵੱਖਰੇ ਵੱਖਰੇ ਨੇ, ਅੱਗ ਨੂੰ ਪਾਣੀ ਕਿਵੇਂ ਬਣਾਇਆ ਜਾਏ? ਲਓ, ਇਹ ਗੱਲ ਮੁਸ਼ਕਲ ਸੀ ਔਰ ਹੈ ਵੀ। ਅੱਜ ਵੀ ਕਿਸੇ ਸਬਜੈਕਟ ਵਿੱਚ ਕਿਸੇ ਉਸਤਾਦ ਦੇ ਸਾਹਮਣੇ, ਕਿਸੇ ਪ੍ਰੋਫੈਸਰ ਦੇ ਸਾਹਮਣੇ ਜਾ ਕੇ ਸਵਾਲ ਕਰੋ, ਜੀ ਮੈਂ ਅੱਗ ਨੂੰ ਪਾਣੀ ਕਿਵੇਂ ਬਣਾਵਾਂ, ਤਾਂ ਹੱਸ ਪਏਗਾ, ਕਿੱਡਾ ਮੂਰਖ ਹੈ, ਕੈਸਾ ਸਵਾਲ ਕਰ ਰਿਹਾ ਕਿ ਮੈਂ ਅੱਗ ਨੂੰ ਪਾਣੀ ਕਿਵੇਂ ਬਣਾਵਾਂ। ਪਰ ਗੁਰੂ ਕੋਲ ਸਵਾਲ ਕਰੋ, ਗੁਰੂ ਇਹ ਸਵਾਲ ਦਾ ਹੱਲ ਕਰਦਾ, ਫਰਕ ਹੀ ਹੈ ਗੁਰਬਾਣੀ ਨੂੰ ਸਮਝਣ ਦਾ। ਕਹਿਣ ਲੱਗੇ, ਜਿਹਨੇ ਜਵਾਲਾ ਜੱਗ ਜਾ ਰਿਹਾ, ਜਿਸ ਅੱਗ ਨੇ ਸਾਰਾ ਸੰਸਾਰ ਜਲਾ ਦਿੱਤਾ, ਸੋ ਭਾਵ ਉਹ ਅੱਗ, ਸੋ ਜਾਣਕ ਹੈ, ਸਿੱਖ ਦੇ, ਭਗਤ ਜਨ ਦੇ ਘਰ ਜਦੋਂ ਆਉਂਦੀ ਹੈ ਉੱਥੇ ਪਾਣੀ ਬਣ ਜਾਂਦੀ ਹੈ, ਉਦਕ ਸਮਾਨ, ਉਦਕ ਕਹਿੰਦੇ ਨੇ ਪਾਣੀ ਨੂੰ, ਆਨੀ ਲੈ ਕੁੰਭ, ਇਹ ਲਫ਼ਜ਼ ਕਈ ਥਾਂ ਤੇ ਆਇਆ, ਆਨੀ ਲੈ ਕੁੰਭ ਭਰਾਈ ਲੈ ਉਦਕ, ਮੈਂ ਘੜਾ ਲਿਆਵਾਂ ਕੁੰਭ ਤੋਂ ਉਹਨੂੰ ਪਾਣੀ ਨਾਲ ਭਰ ਲਵਾਂ, ਤੋ ਉਦਕ ਦਾ ਅਰਥ ਹੈ ਪਾਣੀ, ਸੋ ਜਨਕ ਹੈ
ਉਦਕ ਸਮਾਨ ਇਹੋ ਜਿਹੀ ਅੱਗ ਜਿਹੜੀ ਸਾਰੇ ਸੰਸਾਰ ਨੂੰ ਜਲਾ ਰਹੀ ਹੋਵੇ ਅਤੇ ਕਿਸੇ ਕੋਲ ਉਸ ਅੱਗ ਨੂੰ ਬੁਝਾਉਣ ਦਾ ਤਰੀਕਾ ਵੀ ਨਾ ਹੋਵੇ। ਕਹਿਣ ਲੱਗੇ ਜੇ ਉਹ ਗੁਰੂ ਦੀ ਗੱਲ ਸੁਣ ਲਏ, ਗੁਰੂ ਨਾਲ ਜੁੜ ਜਾਏ, ਉਹ ਜਣ ਬਣ ਜਾਏ ਤਾਂ ਵਿਸ਼ਵਾਸ ਕਰੇ ਉਹ ਅੱਗ ਜਦੋਂ ਉਹਦੇ ਘਰ ਤੱਕ ਪਹੁੰਚੇਗੀ ਨਾ ਉਦੋਂ ਪਾਣੀ ਬਣ ਜਾਏਗੀ। ਅਸੰਭਵ ਸੰਭਵ ਹੋ ਗਿਆ, ਫਿਰ ਉਹਦਾ ਕੁਛ ਨਹੀਂ ਵਿਗਾੜ ਸਕੇ, ਪਾਣੀ ਬਣ ਜਾਏ। ਅਤੇ ਗੁਰੂ ਨੇ ਇਸੇ ਲਈ ਅਰਦਾਸ ਕੀਤੀ ਸਤਿਗੁਰੂ ਅੱਗੇ ਅਤੇ ਕਹਿਣ ਲੱਗੇ, ਹੇ ਮੇਰੇ ਸਤਿਗੁਰੂ, ਮੈਂ ਤੇਰੇ ਅੱਗੇ ਅਰਦਾਸ ਕਰਨਾ, ਜੇ ਤੇਰੀ ਬਖਸ਼ਿਸ਼ ਨਾਲ ਅੱਗ ਪਾਣੀ ਬਣ ਸਕਦੀ ਹੈ ਤੇ ਮੈਂ ਵੀ ਇਸ ਸੰਸਾਰ ਦੇ ਅਗਨ ਸਾਗਰ, ਵਿਕਰਾਲ ਵੱਡੇ ਭਿਆਨਕ ਅਗਨ ਸਾਗਰ ਵਿੱਚ ਫਸ ਗਿਆ, ਮੇਰੀ ਵੀ ਅਰਦਾਸ ਹੈ। ਕਹਿਣ ਲੱਗੇ, ਰਾਖ ਰਾਖ ਸਰਨ ਪ੍ਰਭ ਆਪਣੀ, ਅਗਨ ਸਾਗਰ ਵਿਕਰਾਲਾ, ਨਾਨਕ ਕੇ ਸੁਖ ਦਾਤੇ ਸਤਿਗੁਰ ਹਮ ਤੁਮਰੇ ਬਾਰ ਬਾਰ, ਮੈਂ ਤੇਰਾ ਬੱਚਾ ਹਾਂ, ਤੇਰੇ ਡਰ ਤੇ ਝੁਕਿਆ ਆ ਕੇ ਮੇਰੀ ਵੀ ਤੂੰ ਰੱਖਿਆ ਕਰੀ। ਇਹ ਅੱਗ ਜਿਹੜੀ ਸਾਰੇ ਸੰਸਾਰ ਨੂੰ ਜਲਾ ਰਹੀ ਹੈ ਜਦੋਂ ਮੇਰੇ ਘਰ ਤੱਕ ਪਹੁੰਚੇ, ਕਮ ਸੇ ਕਮ ਉਹ ਪਾਣੀ ਜ਼ਰੂਰ ਹੋ ਜਾਏ, ਮੈਨੂੰ ਜਲਾ ਨਾ ਸਕੇ, ਇਹੋ ਹੀ ਅਰਦਾਸ ਹੈ। ਅਤੇ ਲਫ਼ਜ਼ ਕਹਿੰਦੇ ਨੇ, ਸਾਗਰ ਵਿਕਰਾਲਾ।
ਸੰਸਾਰ ਵਿੱਚ ਆਇਆ ਜਿਹਨੂੰ ਅੱਗ ਆਖਦੇ ਨੇ, ਪਰ ਮੈਨੂੰ ਡਰ ਨਹੀਂ ਲੱਗਦਾ। ਕਿਉਂ? ਇਸ ਲਈ ਕਿਉਂਕਿ ਤੂੰ ਮੇਰੇ ਨਾਲ ਰਹੇ। ਸਫਲਤਾ ਹੈ ਕਿ ਪਾਣੀ ਅਤੇ ਅੱਗ ਵਿੱਚ ਫਰਕ ਹੀ ਨਾ ਹੈ, ਅੱਗ ਵੀ ਪਾਣੀ ਬਣ ਜਾਏ। ਜੀਵਨ ਦੀ ਸਫਲਤਾ ਦੀ ਨਿਸ਼ਾਨੀ ਕਿ ਇਸ ਆਤਿਸ਼ ਦੁਨੀਆਂ ਵਿੱਚ ਆ ਕੇ ਇਹ ਅੱਗ ਤੇਰੇ ਲਈ ਪਾਣੀ ਦਾ ਕੰਮ ਦੇਵੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿਖਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।